ਏ ਆਕਾਸ਼ ਵਾਣੀ ਜੰਮੂ ਹੈ ਹੰਤਜਗਬੂਨ ਸ਼ਰਮਾ ਕੋਲਾ ਖਬਰਾਂ ਸੁਨੋ ਭਾਰਤ ਤੇ ਪਾਕਿਸਤਾਨ ਵਿਚਕਾਰ ਨਵੀਂ ਦਿੱਲੀ ਚ ਸਥਾਈ ਸਿੰਧੂ ਜਲ ਆਯੋਗ ਦੀ ਦੌਨ ਰੋਜ਼ਾ ਬੈਠਕ ਲਗਾਈ ਹੈ ਜਿਹੜੀ ਅੱਜ ਬੜਲੇ ਸ਼ੁਰੂ ਹੋਈ ਇਹ ਆਯੋਗ ਸਿੰਧੂ ਨਦੀ ਦੇ ਪਾਣੀ 'ਤੇ ਅਧਿਕਾਰਾਂ ਦੇ ਮਾਮਲੇ 'ਤੇ ਵਿਚਾਰ ਕਰਦਾ ਹੈ ਆਯੋਗ ਦਾ ਗਠਨ 1960 ਚ ਸਿੰਧੂ ਜਲ ਸੰਧੀ ਦੇ ਤਹਿਤ ਕੀਤਾ ਗਿਆ ਹਾਂ ਉਹਾਂ ਇਹਦੀ ਬੈਠਕ ਹਰ ਬਰੇ ਲੱਗਦੀ ਹੈ ਪਰ ਇਹ ਬੈਠਕ ਦੋ ਬਰੇ ਦੇ ਵਕਫੇ ਪ੍ਰੰਤ ਲਗਾ ਕਰਦੀ ਹੈ 2019 ਚ ਪੁਲਵਾਮਾ ਅਤੰਕੀ ਹਮਲੇ ਦੇ ਮਗਰੋਂ ਇਹ ਬੈਠਕ ਨਹੀਂ ਲੱਗੀ ਤੇ ਪਿਛਲੇ ਬਰੇ ਕੋਵਿਡ-19 ਕੋਰੋਨਾ ਮਹਾਮਾਰੀ ਦੇ ਚੱਲਦੇ ਇਹਦਾ ਸਿਰਜਤਾ ਨੇ ਹਾਕੀਤਾ ਗਿਆ ਇਹ ਦੇ ਸਭ ਪਿਛਲੀ ਬੈਠਕ 2018 ਚ ਲੋਹਰ ਚ ਲੱਗੀ ਸੀ समूचा राष्ट्र अज अमर शहीद भगत सिंह राजगुरू तखदेव हो शहीद दिवस के मौके पर भावे भरोची श्रद्धांजलि भेंट करा उन्नीस सौ ककत् चजे रोज अंग्रेजी सरकार ने इने त्रोने स्वतंत्रता सेनानि दी क्रांतिकारी गतिविधियों उ लाहौर च फांसी पर लटकाई द्ता हा उन सम्मान चल्खर कई चाली के कार्यक्रमें सिस्ता किया जा जम्मू ਦੇ ਡਿਵੀਜ਼ਨਲ ਕਮਿਸ਼ਨਰ ਡਾਕਟਰ ਰਾਘਵ ਲੰਗਰੋਰੇ ਕੱਲ ਸਰਬੰਵਿਤ ਅਫਸਰਾਂ ਦੀ ਇੱਕ ਬੈਠਕ ਸੱਦੀ ਹੈ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਤੀਏ ਹਫਤੇ ਦੇ ਕਾਰਜਕ੍ਰਮ ਅਤੇ ਗਤੀਵਿਧੀਆਂ ਦੀ ਤਿਆਰੀ ਦੀ ਸਮੀਖਿਆ ਕੀਤੀ ਆਕਾਸ਼ਵਾਨੀ ਦੇ ਜੰਮੂ ਸੰਵਾਦਾਤਾ ਨੇ ਜਾਣਕਾਰੀ ਦਿੱਤੀ ਇਹ ਜੀ ਮੀਟਿੰਗ ਦੌਰਾਨ ਡਾਕਟਰ ਰਾਘਵ ਲੰਗਰੋਰੇ ਅਧਿਕਾਰੀਆਂ ਕੀ ਆਖਿਆ ਜੋ ਜੰਮੂ ਚ ਇੱਕ ਕੇਂਦਰੀਕ੍ਰਿਤ ਸਮਾਰੋਹ ਲਵਾਈਏ ਡਿਜੀਟਲ ਇੰਡੀਆ ਅਭਿਆਨ ਤਹਿਤ ਜਿਮਨੀਆਂ ਦੇ ਰਿਕਾਰਡਿੰਗ ਦਾ ਡਿਜੀਟਲਕਰਨ ਸਰਬੰਧੀ ਦਸਤਾਵੇਜ਼ੀ ਫਿਲਮਾਂ ਲੋਕਾਂ ਨੂੰ ਦੱਸਣ ਇਹਦੇ ਇਲਾਵਾ ਇਤ ਪੇਠਾ ਕੀਤੇ ਜਾ ਦੇ ਡਿਜੀਟਲਕਰਨ ਤੇ ਹੋਰ ਨਿਕੰਮੇ ਬਾਰੇ ਵੀ ਲੋਕਾਂ ਨੂੰ ਦੱਸਿਆ ਜਾ ਕਿ ਕਿਸ ਚਾਲੀ ਇਹਦੇ ਕੰਨੇ ਉਹਨੇ ਕੀ ਮਤਾ ਫਾਇਦਾ ਤੇ ਸੁਵਿਧਾ ਹਾਸਲ ਹੋਆ ਕਰਦੀਆਂ ਨਾ ਇਸ ਮੌਕੇ ਇਹ ਜਾਣਕਾਰੀ ਵੀ ਦਿੱਤੀ ਗਈ ਜੇ ਇਸ ਚਾਲੀ ਦੇ ਕਾਰਜਕ੍ਰਮ ਦਾ ਸਰਿਸਤਾ ਸਭਨੇ ਜ਼ਿਲ੍ਹੇ ਦੇ ਵਿਕਾਸ ਕਮਿਸ਼ਨਰ ਵੀ ਆਪਣੀ ਆਪਣੀ ਸਤਾ ਪਰ ਆਯੋਜਿਤ ਕਰਨ ਜੰਮੂ ਕਸ਼ਮੀਰ ਲਈ ਪੇਸ਼ ਕੀਤੇ ਗਏ ਦੇ 2021-22 ਬਰੇ ਦੇ ਬਜਟ ਚ 50 ਕਰੋੜ ਰੁਪਏ ਦੀ ਰਕਮ ਖੇਲੋ ਇੰਡੀਆ ਸਕੀਮ ਤਹਿਤ ਇੱਥੇ ਖੇਡ ਸੁਵਿਧਾਵਾਂ ਚ ਵਾਧਾ ਕਰਨ ਦੇ ਕਿਤੇ ਪੱਖ ਰੱਖੀ ਗਈ ਦੀ ਹੈ ਇਸ ਸਕੀਮ ਤਹਿਤ ਖੇਡ ਢਾਂਚੇ ਦੀ ਬਿਹਤਰ ਬਣਾਣਾ ਖੇਡ ਟਾਂਚੇ ਦਾ ਨਿਰਮਾਣ ਤੇ ਇਸ ਚਾਲੀ ਦੀਆਂ ਹੋਰ ਦੁਨੀਆਂ ਸੁਵਿਧਾ ਉਪਲਬਧ ਕਰਵਾਣਾ ਸ਼ਾਮਲ ਹੈ ਕੇਂਦਰੀ ਸਿਹਤ ਮੰਤਰੀ ਕਿਰਨ ਰਿਜਜੂ ਹੋਰ ਨੇ ਹਾਲ ਜਿਹਾ ਆਖਿਆ ਹੈ ਕਿ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੀ ਊਰਜਾ ਦੀ ਸਹੀ ਦਿਸ਼ਾ ਦੇਣ ਲਈ ਕੇਂਦਰ ਸਰਕਾਰ ਇੱਥੇ ਖੇਡਾਂ ਦੇ ਖੇਤਰ ਬਖੀ ਟਕੋਦਾ ਧਿਆਨ ਦਿਆ ਕਰਦੀ ਹੈ लेफिनेंट गवर्नर मनोज सिन्हा हो कल राजभवन च पुणे दे एक गैर सरकारी संगठन सरहद आसिया प्रकाशित कॉफी टेबल बुक चिनाब चंद्रभागा वैली अमेजिंग लिटिल कश्मीर मोचन की था। दे था मुझे और दे का विमोचन किया आकाशवाणी के जमू संवाददाता मुजब इस मौके एल जी हो चिनाब घाटी जि चंद्रभागा भी आखिया जन्ता है कि कुदरत ने बेशुमार सनाखड़े नजारे कने है जिंद कोई मुकाबला नहीं ਸ਼੍ਰਮ ਤੇ ਰੋਜ਼ਗਾਰ ਮਹਿਕਮੇ ਦੀਆਂ ਕਮਿਸ਼ਨਰ ਸੈਕਟਰੀ ਸਰਿਤਾ ਚੋਹਾਨ ਹੋਰੇ ਕੱਲ ਜੰਮੂ ਚ ਅਧਿਕਾਰੀਆਂ ਕੰਨੇ ਜਾਨ ਪਹਿਚਾਨ ਵਾਲੀ ਇੱਕ ਬੈਠਕ ਲਵਾਈਏ ਮਹਿਕਮੇ ਦੇ ਕੰਮ ਕਾਜ ਤੇ ਕਾਰਕਰ ਕੀ ਜਾਇਜ਼ਾ ਲੈਤਾ ਆਕਾਸ਼ਵਾਣੀ ਦੇ ਜੰਮੂ ਸੰਵਾਦਦਾਤਾ ਨੇ ਜਾਣਕਾਰੀ ਦਿੱਤੀ ਹੈ ਜੇ ਕਮਿਸ਼ਨਰ ਸੈਕਟਰੀ ਹੋਰੇ ਬਿਹਤਰ ਕਾਰਕਰਦਗੀ ਲਈ ਕਈ ਸੁਝਾਅ ਤੇ ਵਿਚਾਰ ਵੀ ਸਾਂਝੇ ਕੀਤੇ ਤੇ ਇਸ ਗੱਲ ਪਰ ਜ਼ੋਰ ਦਿੱਤਾ ਤੇ ਯੋਗਯ ਸ਼੍ਰਮ ਕੇ ਮਜ਼ਦੂਰਾਂ ਦੀ ਸਰਕਾਰ ਦੀ ਸਕੀਮੇ ਤੇ ਪ੍ਰਾਵਧਾਨੇ ਦਾ ਪੂਰਾ ਪੂਰਾ ਲਾ ਯਕੀਨੀ ਤੌਰ ਪਰ ਪੁੱਜੀ ਸਕੇ ਇਹਦੀ ਪੱਕੀ ਵਿਵਸਥਾ ਹੋਣੀ ਲੋੜਦੀ ਉਹਨੇ ਆਖਿਆ ਜਿੰਨੀਆਂ ਕਰ श्रमिकें मजदूरें की भलाई बेहतरी की यकीनी बनाया जा भारत ने कोरोना खिलाफ लड़ाई एक हो पड़ा पार करी है अजें तोरी मुल्खच कोरोना सवा बचाव चार करोड़ अस्सी लख टीके लाए दे गए हैं तोईं मुल्ख जिते कोरोना कसरियों के नरोए होने की दर सतानवे प्रतिशत है उतेंग जमू कश्मीर यह दर ठानवे प्रतिशत पुजी गई है एके अलावा कोई नब्बे प्रतिशत सेहतकर्मियों की कोरोना सेवा बचाव टीका भी लाई दा गया है ਤਾਂ ਇਹ ਕੇਂਦਰ ਸਰਕਾਰ ਹੈ ਸਭ ਨੇ ਰਾਜਧਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਜੇ ਕਰੋਨਾ ਤੋਂ ਬਚਾ ਲੈ ਟੀਕੇ ਕੋਵਿਡ ਸ਼ੀਲਡ ਦੀਏ ਦੋ ਖੁਰਾਕੇ ਵਿਚਕਾਰ ਵਕਫਾ 4 ਕੋਲ 8 ਹਫ਼ਤੇ ਤੱਕ ਕੀਤਾ ਜਾ ਜੇ ਦੀ ਐਂਟੀ ਏ ਜੀ ਤੇ ਨੈਗੇਵੈਗ ਨੇ ਸਿਫਾਰਿਸ਼ ਜਾਰੀ ਕੀਤੀ ਦੀਗੇ ਕੱਲ੍ਹ ਪੜ ਲਿਆ ਥਾ ਮਾ ਸ਼ੁਰੂ ਹੋਈ ਦੀ ਬਰਖਾ ਦੇ ਚਲਦੇ ਰਾਮਬੰਦ ਜ਼ਿਲ੍ਹੇ ਦੇ ਪੰਥਿਆਲ ਇਲਾਕੇ ਚ ਪੱਸੀਆਂ ਪੇਦੀਆਂ ਨੇ ਕਾਰਨ ਜਮੁਸ਼ਵੀਨਗਰ ਰਾਸ਼ਟਰੀ ਜਰਨਲਿਸਟਿਕ ਗੱਡੀਆਂ ਦੀ ਆਉਜਾਈ ਲਈ ਬੰਦ ਹੈ ਟ੍ਰੈਫਿਕ ਪੁਲ ਸਹਿ ਉਹ ਜਾਣਕਾਰੀ ਦਿੱਤੀ ਹੈ ਜੇ ਲੈ ਰਾਮਬੰਦ ਸੈਕਟਰ ਚ ਕੋਈ ਵੀ ਗੱਡੀ ਪੱਤਾ ਨਹੀਂ ਫਸੀ ਧੀ ਮੌਸਮ ਵਿਭਾਗਾ ਸਿਆ ਬਰਖਾ ਤੇ ਬਰਫਪਾਰੀ ਦੀ ਪੇਸ਼ ਕੋਈ ਕੀਤਿਆ ਨਜ਼ਰ ਰੱਖਦੇ ਹੋਈ ਯਾਤਰੀਆਂ ਦੀ ਅਸੁਵਿਧਾ ਸ਼ਾ ਬਚਾਣੇ ਲਈ ਜਰਨਲਿਸਟਿਕ ਪਰ ਗੱਡੀਆਂ ਦੀ ਆਉਜਾਈ ਮੁੱਲਤਵੀ ਰੱਖੀ ਗਈ ਹੈ ਜੰਮੂ ਕਸ਼ਮੀਰ ਚ ਅੱਜ ਵੀ ਉਪਰਲੀਆਂ ਧਾਰਾਂ ਪਰ ਬਰਫਪਾਰੀ ਤੇ ਝਿਗੜੇ ਲਾਖਾਂ ਵਿੱਚ ਬਰਖਾ ਬਰੀ ਹੈ ਜੰਮੂ ਪ੍ਰਾਂਤ ਦਾ ਲਗਭਗ ਸਭਨੇ ਇਲਾਕਿਆਂ ਚ ਰਾਤ ਪਰ ਬਰਖਾ ਲੱਗੀ ਦੀ ਰਹੀ ਜੇ ਤੇ ਚਲਦੇ ਇਥੋਂ ਦੇ ਤਾਪਮਾਨ ਚ ਕਮੀ ਆਈ ਹੈ ਮੌਸਮ ਵਿਭਾਗ ਨੇ ਬਾਕਵਾ ਕਿਲਾਕਿਆਂ ਚ ਅੱਜ ਵੀ ਬਰਫਪਾਰੀ ਤੇ ਬਰਖਾ ਦੀ ਪੇਸ਼ਕੋਈ ਕੀਤੀ ਹੈ ਕਈ ਥਾਰਾਂ ਬਰਫੂਦਲਾਸ ਤੋਂ ਦੇ ਪਸੀਆਂ ਤੇ ਚਾਂਚਕ ਆੜ ਆਈ ਸਕਣੇ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਸ਼ਮਾਨੀ ਬਿਜਲੀ ਪੋਨੇ ਦੀ ਬੇਸ਼ੰਕਾਇ ਜੇ ਤੇ ਚਲਦੇ ਲੋਕਾਂ ਕੀ ਬਾਰ ਬੂਟੇ ਇੱਥੇ ਜਾਂ ਲੋਹੇ ਦੇ ਖੰਭੇ ਕਾਸ਼ ਖੜੋਣੇ ਲਈ ਮਨਾ ਕੀਤਾ ਗਿਆ ਇਹਦੀ ਕੰਨੇਗੇ ਖਬਰਿੰਦਾਈ ਬੁਲੇਟਿਨ ਸਮਾਪਤ ਹੋਆ